ਜੇ ਥਾਣੇ ਜਾ ਸਕਦੇ ਨੇ, ਪਰਚੇ ਦੇ ਸਕਦੇ ਨੇ, ਤੇ ਜਦੋਂ ਪਿੰਡ ਵਿੱਚ ਕੱਟ ਲੱਗਿਆ ਪਿੰਡ ਦੇ ਵਿੱਚ ਸੰਗਤ ਨਹੀਂ ਆ ਸਕਦੇ ਹੋ? ਨਮਸਕਾਰ ਦਰਸ਼ਕੋ, ਮੈਂ ਕਿਰਨ ਵਸ਼ਿਸ਼ਟ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ 'ਤੇ। ਕਰੰਟ ਇਸ਼ੂ ਵਿੱਚ ਗੱਲ ਕਰਦੇ ਹਾਂ ਕਿ ਸੋਸ਼ਲ ਮੀਡੀਆ ਉੱਪਰ ਕੁਝ ਤਸਵੀਰਾਂ ਦਿਖ ਰਹੀਆਂ ਜਿਸ ਦੇ ਵਿੱਚ ਸਿੱਖ ਭਾਈਚਾਰੇ ਦੇ ਉੱਪਰ ਪੁਲਿਸ ਵੱਲੋਂ ਲਾਠੀ ਚਾਰਜ ਕਰਨ ਦੀ ਜਿਹੜੀ ਖਬਰ ਹੈ ਉਹ ਕਾਫੀ ਬੁਰੀ ਤਰ੍ਹਾਂ ਵਾਇਰਲ ਵੀ ਹੋ ਰਹੀ ਹੈ, ਅਤੇ ਉਹ ਤਸਵੀਰਾਂ ਜਿਹੜੀਆਂ ਉਹ ਆਪਣੇ ਮੂੰਹੋਂ ਬੋਲ ਰਹੀਆਂ ਕਿ ਆਖਿਰਕਾਰ ਤੱਖਾਸ਼ਾਹੀ ਕਿਸ ਤਰ੍ਹਾਂ ਚੱਲ ਰਹੀ ਹੈ। ਪੁਲਿਸ ਪ੍ਰਸ਼ਾਸਨ ਦੇ ਉੱਪਰ ਅਕਸਰ ਇਸ ਤਰ੍ਹਾਂ ਦੇ ਜਿਹੜੇ ਇਲਜ਼ਾਮਾਤ ਨੇ ਜ਼ਰੂਰ ਲੱਗਦੇ ਨੇ, ਲੇਕਿਨ ਇਸ ਖਬਰ ਦੇ ਪਿੱਛੇ ਦੀ ਪੂਰੀ ਸੱਚਾਈ ਕੀ ਹੈ? ਸੱਚਾਈ ਜਾਣਨ ਵਾਸਤੇ ਆਪਾਂ ਗੱਲ ਕਰਦੇ ਹਾਂ ਦਮਦਮੀ ਟਕਸਾਲ ਜੱਥਾ ਦੇ ਮੁਖੀ ਬਲਜਿੰਦਰ ਸਿੰਘ ਪਰਵਾਨਾ ਜੀ ਦੇ ਨਾਲ, ਕਿਉਂਕਿ ਇਸ ਮਸਲੇ ਦੇ ਨਾਲ ਉਹ ਸ਼ੁਰੂ ਤੋਂ ਜੁੜੇ ਹੋਏ ਨੇ। ਇਹ ਮਸਲਾ ਜਦੋਂ ਇਹ ਤਸਵੀਰਾਂ ਵਾਇਰਲ ਹੋਈਆਂ ਉਦੋਂ ਦਾ ਨਹੀਂ ਹੈ, ਇਸ ਤੋਂ ਪਹਿਲਾਂ ਦਾ ਹੈ। ਇਹ ਮਸਲਾ ਕਿਵੇਂ ਹੋਂਦ ਵਿੱਚ ਆਇਆ, ਇਸ ਮਸਲੇ ਨੂੰ ਲੈ ਕੇ ਕਿਸ ਤਰ੍ਹਾਂ ਲੋਕਾਂ ਨੇ ਆਪਣੀ ਵਿਚਾਰਧਾਰਾ ਪੇਸ਼ ਕਰਨੀ ਚਾਹੀਦੀ, ਕਿਸ ਤਰ੍ਹਾਂ ਵਿਰੋਧ ਵਿੱਚ ਤਬਦੀਲ ਹੋ ਗਈ, ਇਹਦੀ ਜਾਣਕਾਰੀ ਆਪਾਂ ਲੈਂਦੇ ਹਾਂ ਖੁਦ ਬਲਜਿੰਦਰ ਸਿੰਘ ਪਰਵਾਨਾ ਜੀ ਕੋਲੋਂ, ਜੋ ਕਿ ਦਮਦਮੀ ਟਕਸਾਲ ਜੱਥਾ ਰਾਜਪੁਰਾ ਦੇ ਮੁਖੀ ਨੇ। ਬਹੁਤ ਸਵਾਗਤ ਹੈ ਤੁਹਾਡਾ ਏਵਨ ਪੰਜਾਬੀ ਤੇ ਬਲਜਿੰਦਰ ਸਿੰਘ ਪਰਵਾਨਾ ਜੀ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇਕਰ ਗੱਲ ਕਰੀਏ ਕਿ ਜੋ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਆ ਰਹੀਆਂ ਨੇ, ਉਹਨਾਂ ਤਸਵੀਰਾਂ ਦਾ ਅਸਲ ਸੱਚ ਪਿਛਲਾ ਕੀ ਹੈ? ਇੱਥੇ ਤੱਕ ਜਿਹੜੀ ਸਿੱਖ ਸੰਗਤਾਂ ਨੇ ਉਹਨਾਂ ਨੂੰ ਰੋਸ ਕਰਨ ਲਈ ਸੜਕ 'ਤੇ ਆਉਣਾ ਕੀ ਪਿਆ, ਇਹ ਮਸਲਾ ਸ਼ੁਰੂ ਕਿਵੇਂ ਹੋਇਆ? ਕਿਰਨ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਇਹ ਮਸਲਾ ਬਹੁਤ ਛੋਟਾ ਸੀਗਾ ਜੀ। ਇਸ ਮਸਲੇ ਨੂੰ ਵਧਾਉਣ ਵਿੱਚ ਪੁਲਿਸ ਪ੍ਰਸ਼ਾਸਨ ਦਾ ਬਹੁਤ ਵੱਡਾ ਹੱਥ ਹੈ ਜੋ ਇੱਥੋਂ ਤੱਕ ਪਹੁੰਚਿਆ ਜੀ। ਜੀ, ਅਸੀਂ ਕਰੜੇ ਸ਼ਬਦਾਂ ਵਿੱਚ ਕੱਲ ਪ੍ਰਸ਼ਾਸਨ ਦੇ ਜਿਹੜੇ ਅਫਸਰ ਸੀ ਅਸ਼ੋਕ ਕੁਮਾਰ DSP ਜੀ, ਰਵਿੰਦਰ ਕੁਮਾਰ ਗੰਡਾਖੇੜੀ ਦੇ SHO ਜੀ, ਤੇ ਇੱਕ ਹੋਰ ਉੱਥੇ SHO ਸੀਗੇ ਰੌਨੀ ਸਿੰਘ ਸੌਲ ਜੀ। ਇਹ ਸਾਰਾ ਮੈਂ ਆਪਣੇ ਵਿਸ਼ੇ ਤੇ ਬਾਅਦ ਚਾਹੁੰਦਾ, ਪਰ ਇਹ ਜੋ ਜਿੰਨਾ ਵੀ ਵਧਿਆ 8 ਵਜੇ ਤੱਕ ਕਲੇਸ਼ ਜੀ GT ਰੋਡ ਜਾਮ ਹੋਇਆ, ਤਾਂ ਸਾਰਾ ਜ਼ਿੰਮੇਵਾਰ ਜਿਹੜਾ ਹੈ ਉਹ ਪੁਲਿਸ ਪ੍ਰਸ਼ਾਸਨ ਹੀ ਹੈ ਜੀ। ਇਹ ਮਸਲਾ ਗ੍ਰੰਥੀ ਸਿੰਘ ਨਾਲ ਸੰਬੰਧਿਤ ਸੀਗਾ, ਗੁਰੂ ਘਰ ਦੀ ਕਮੇਟੀ ਨਾਲ ਸੰਬੰਧਿਤ ਸੀ, ਅਸੀਂ ਗੁਰਦੁਆਰਾ ਸਾਹਿਬ ਹੀ ਇਹਨੂੰ ਨਿਬੇੜਨਾ ਚਾਹੁੰਦੇ ਸੀ ਜੀ। ਉਹ ਗੁਰੂ ਘਰ ਵਿਖੇ ਅਸੀਂ ਪਹੁੰਚੇ ਤੇ ਉੱਥੇ ਪਹੁੰਚਣ ਤੋਂ ਪਹਿਲਾਂ ਜਿਹੜੀ ਪੁਲਿਸ ਸੀ ਮਤਲਬ ਬਹੁਤ ਜ਼ਿਆਦਾ ਲੱਗ ਚੁੱਕੀ ਸੀ, ਅਸੀਂ ਪੁਲਿਸ ਨੂੰ ਵੇਖਿਆ ਨਜ਼ਰ ਆ ਰਿਹਾ ਸੀ ਵੀ ਅੱਜ ਇਹਨਾਂ ਵੱਲੋਂ ਕੁਛ ਠੀਕ ਸਿਸਟਮ ਨਹੀਂ ਨਜ਼ਰ ਆ ਰਿਹਾ ਜੀ। ਜਦੋਂ ਕੋਈ ਵੀ ਏਦਾਂ ਦੀ ਗੱਲ ਹੁੰਦੀ ਹੈ, ਸਿੰਘਾਂ ਦਾ ਇਕੱਠ ਹੁੰਦਾ ਤੇ ਥਾਣੇ ਦੇ ਜਿਹੜਾ ਥਾਣਾ ਪੈਂਦਾ ਮੌਜੂਦਾ ਜੀ, ਉੱਥੋਂ ਦੀ ਜਿਹੜੀ ਇੱਕ ਟੀਮ ਆ ਉਹ ਹਾਜ਼ਰ ਹੋ ਜਾਂਦੀ ਹੈ ਜੀ। ਉੱਥੇ ਕੀ ਸੀ ਜੀ, ਅਸੀਂ ਕਮੇਟੀ ਨੇ ਕੀ ਕੀਤਾ ਵੀ ਕਮੇਟੀ ਨੇ ਜਿਹੜੀ ਨਰੜੂ ਪਿੰਡ ਦੀ ਕਮੇਟੀ ਸੀ, ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ, ਉਹਨਾਂ ਨੇ ਇੱਕ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਸੀ ਕਿਸੇ ਘਰ ਤੇ, ਉਹਨਾਂ ਨੇ ਸਰੂਪ ਭੇਜਤੇ ਗੁਰੂ ਪਾਤਸ਼ਾਹ ਜੀ ਦੇ, ਮਨਾ ਕਰ ਦਿੱਤਾ ਜਾਤ ਮਜ਼ਹਬ ਕਰਕੇ। ਇਹ ਗੱਲਾਂ ਹਜੇ ਵੀ ਸਮਾਜ ਵਿੱਚ ਸਾਹਮਣੇ ਆ ਰਹੀਆਂ ਨੇ ਬਲਜਿੰਦਰ ਸਿੰਘ ਜੀ? ਬਿਲਕੁਲ ਜੀ, ਜਿਹੜੇ ਸਾਡੇ ਸਮਾਜ ਵਿੱਚ ਗੁਰਦੁਆਰੇ ਬਣ ਰਹੇ ਨੇ 1 ਤੋਂ 2, 2 ਤੋਂ 3 ਜੀ, ਔਰ ਇਹਦਾ ਜ਼ੋਰ ਜਿਹੜਾ ਸ਼੍ਰੋਮਣੀ ਕਮੇਟੀ ਨੇ ਲਾਇਆ ਹੋਇਆ ਜੀ, ਵੀ 2 ਤੋਂ 1 ਗੁਰਦੁਆਰਾ ਕੀਤਾ ਜਾਵੇ, 3 ਤੋਂ 1 ਕੀਤਾ ਜਾਵੇ, ਪਰ ਉਸ ਪਿੰਡ ਵਿੱਚ ਕਮੇਟੀ ਜ਼ਿੰਮੇਵਾਰ ਆ, ਜਿਹੜੇ 2 ਦਿਨ ਗੁਰਦੁਆਰੇ ਬਣੇ ਹੋਣੇ ਉਹਦੀ ਜ਼ਿੰਮੇਵਾਰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਕਿਉਂਕਿ ਉਹ ਜਿਹੜਾ ਗੁਰਦੁਆਰਾ ਨਰੜੂ ਹੈ ਜੀ, ਉਹ SGPC ਦੇ 87 ਦੇ ਐਕਟ ਅੰਡਰ ਆਉਂਦਾ ਜੀ, ਤੇ ਇਹਦਾ ਪ੍ਰਬੰਧ ਸਾਰਾ ਜਿਹੜਾ ਲੋਕਲ ਕਮੇਟੀ ਸਾਂਭਦੀ ਆ, ਪਰ ਗੋਲਕ ਦੀ ਜਾਂ ਸਾਰਾ ਲੇਖਾ ਜੋਖਾ ਹੈ ਉਹ SGPC ਦੇ ਕੋਲ ਹੁੰਦਾ ਜੀ। ਉਹਦੇ ਵਿੱਚ ਇੱਕ ਪੁਰਾਣਾ ਗ੍ਰੰਥੀ ਸੀ, ਜਿਸ ਗ੍ਰੰਥੀ ਦੀ ਛੁੱਟੀ ਕਰ ਦਿੱਤੀ ਗਈ ਸੀ, ਉਹ ਗ੍ਰੰਥੀ ਬੱਚਿਆਂ ਨੂੰ ਪੜ੍ਹਾਉਂਦਾ ਸੀ, ਸਿਖਾਉਂਦਾ ਸੀ ਜੀ, ਬਿਨਾਂ ਕਿਸੇ ਰੀਜ਼ਨ ਤੋਂ ਉਹਨੂੰ ਬਾਹਰ ਕੱਢ ਦਿੱਤਾ ਗਿਆ ਜੀ।
ਸੰਗਤ ਨੇ ਕਿਹਾ ਗਿਆਨੀ ਜੀ ਤੁਸੀਂ ਨਾ ਜਾਓ, ਚਾਰ ਜਾਪ ਚੱਲ ਰਹੇ ਨੇ ਸੁਖਮੀ ਸਾਹਿਬ ਦੇ, ਸਾਡੇ ਉਹ ਪੂਰੇ ਕਰਾ ਜਾਓ, ਕਿਉਂਕਿ ਕੋਈ ਸਿਸਟਮ ਸ਼ੁਰੂ ਕੀਤਾ ਹੁੰਦਾ ਜਦੋਂ, ਹਾਂਜੀ ਹਾਂਜੀ, ਤੇ ਆਪਾਂ ਵੀ ਕੋਈ ਬੰਦਾ ਹੋਵੇ ਵੀ ਪਈ ਚਲਾ ਹੁਣ ਤਾਂ ਸਿਸਟਮ ਹੈਗਾ, ਤੇਰੇ 10 ਦਿਨ ਵੱਧ ਲੈਣੇ, ਤੈਨੂੰ ਕੰਪਲੀਟ ਕਰ ਗਿਆ ਜੀ, ਤੈਨੂੰ ਬਣਦੀ ਤਨਖਾਹ ਦੇ ਦੇਵਾਂਗੇ। ਇਸੇ ਤਰ੍ਹਾਂ ਹੀ ਉਹ ਸੰਗਤ ਕਹਿੰਦੀ ਵੀ ਤੁਸੀਂ ਤੁਹਾਨੂੰ ਕਮਰਾ ਦੇ ਦਿੰਦੇ ਹਾਂ, ਸਾਡੇ ਜਾਪ ਪੂਰੇ ਕਰਾ ਦਿਓ ਗਿਆਨੀ ਜੀ, ਪਹਿਲੀ ਵਾਰ ਤੁਸੀਂ ਸ਼ੁਰੂ ਕਰਾਏ ਨੇ ਇਹਨੂੰ ਸਿਰੇ ਲਾਓ ਜੀ। ਉਹਦੇ ਵਿੱਚ ਜਦੋਂ ਸਰੂਪ ਲੈਣ ਗਏ ਦੂਜੇ ਦਿਨ, ਤੇ ਦੂਜੇ ਦਿਨ ਵੀ ਮਨਾ ਕਰ ਦਿੱਤਾ, ਪਰ ਦੂਜੇ ਦਿਨ ਜਿਹੜਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸੀ ਉਹ ਸੀ ਪਿੰਡ ਦੇ ਮੌਜੂਦਾ ਸਰਪੰਚ ਮਨਪ੍ਰੀਤ ਸਿੰਘ ਕਰੇ ਜੀ। ਹੁਣ ਉਹ ਸਰਪੰਚ ਸੀਗਾ ਤੇ ਥੋੜਾ ਬਹੁਤਾ ਜ਼ੋਰ ਰੱਖਦਾ ਸੀਗਾ ਜੀ, ਤੇ ਉਹਨੇ ਆਪਣਾ ਥੋੜਾ ਜ਼ੋਰ ਕਰਕੇ ਤੇ ਐਸ ਡੀ ਪੀ ਸੀ ਮੈਂਬਰ ਨੂੰ ਫੋਨ ਲਾ ਕੇ, ਇਸ ਹਲਕੇ ਦੇ ਨਰੜੂ ਪਿੰਡ ਦੇ ਜਿਹੜਾ ਐਸ ਡੀ ਪੀ ਸੀ ਮੈਂਬਰ ਆਉਂਦਾ ਜੀ, ਉਹਦੇ ਕੋਲੋਂ ਫੋਨ ਕਰਵਾ ਕੇ ਸਿਫਾਰਿਸ਼ ਪਵਾਈ ਤਾਂ ਉਹਨੂੰ ਸਰੂਪ ਮਿਲੇ। ਦੇਖੋ ਜ਼ਰੂਰਤ ਜਿਹੜੀ ਪੈਂਦੀ ਹੈ ਪਿੰਡਾਂ ਵਿੱਚ ਗੁਰਦੁਆਰੇ ਵਾਲੀ ਕਮੇਟੀਆਂ ਧੜੇਬਾਜ਼ੀਆਂ ਬਣਾ ਲੈਂਦੀਆਂ ਨੇ, ਜਾਤ ਬਣਾ ਲੈਂਦੀਆਂ ਨੇ ਜੀ। ਹੁਣ ਮਸਲਾ ਕਿੱਥੋਂ ਅੱਗੇ ਵੱਧਦਾ, ਮੈਂ ਸੰਖੇਪ ਵਿੱਚ ਤੁਹਾਡੇ ਨਾਲ ਗੱਲ ਕਰਾਂਗਾ ਜੀ। ਉੱਥੋਂ ਗੁਰਦੁਆਰੇ ਦਾ ਗਰੰਟੀ ਨਾਲ ਜਾਂਦਾ, ਕਮੇਟੀ ਦੇ ਮੈਂਬਰ ਸਰੂਪ ਆਪ ਦਿੰਦੇ ਨੇ, ਜਿਹੜਾ ਪੁਰਾਣਾ ਗਰੰਟੀ ਸੀ ਉਹ ਵੀ ਨਾਲ ਪਾਠ ਕਰਨ ਜਾਂਦਾ ਜੀ। ਜਦੋਂ ਪਾਠ ਕਰਨ ਜਾਂਦਾ ਗਰੰਟੀ, ਤੇ ਪਿੱਛੋਂ ਗੁਰਦੁਆਰੇ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਥਾਣੇ ਗੰਦਾ ਖੇੜੀ ਜਾ ਕੇ ਦਰਖਾਸਤ ਦੇ ਦਿੰਦੇ ਨੇ ਵੀ ਜਿਹੜਾ ਪੁਰਾਣਾ ਗਰੰਟੀ ਸੀ ਉਹ ਗੁਰਦੁਆਰਿਓ ਜ਼ਬਰਦਸਤੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਗਿਆ ਜੀ। ਤੇ ਉਸ ਤੋਂ ਬਾਅਦ ਸਾਨੂੰ ਡਰ ਹੈ ਵੀ ਉਹ ਕਿਤੇ ਇਹਦੀ ਕੋਈ ਬੇਅਦਬੀ ਨਾ ਕਰ ਦੇਵੇ, ਜਿਸ ਕਰਕੇ ਇਹ ਮਾਮਲਾ ਜਿਹੜਾ ਸੀ ਥਾਣੇ ਪਹੁੰਚਿਆ, ਉਹ ਥਾਣੇ ਆਪ ਗਏ। ਜਦੋਂ ਥਾਣੇ ਗਏ ਸਾਡੇ ਕੋਲ ਵੀ ਆਏ, ਅਸੀਂ ਕਿਹਾ ਜੀ ਇਸ ਮਾਮਲਾ ਥਾਣੇ ਤੇ ਨਹੀਂ ਨਿਬੇੜਨਾ, ਗੁਰਦੁਆਰੇ ਨਿਬੇੜਾਂਗੇ ਜੀ। ਅਸੀਂ ਗੁਰਦੁਆਰੇ ਗਏ, ਸੰਗਤ ਹੈ ਸਾਰਾ ਪਿੰਡ ਇਕੱਠਾ ਸੀਗਾ, ਕਮੇਟੀ ਮੈਂਬਰ ਕੋਈ ਨੀ ਪਹੁੰਚਿਆ ਉੱਥੇ 2 ਘੰਟੇ ਜੀ। ਅਸੀਂ ਥੋੜਾ ਜਿਹਾ ਉੱਥੇ ਫਿਰ ਜਦੋਂ ਰੋਸ ਵਿਖਾਇਆ ਆਪਣਾ ਸੜਕ ਤੇ ਬਾਹਰ ਆਏ ਸੰਗਤ ਲੈ ਕੇ ਜੀ, ਤੇ ਕਮੇਟੀ ਮੈਂਬਰ ਬਾਹਰ ਆ ਚੁੱਕੇ ਸੀ ਤੇ ਸੰਗਤ ਵਿੱਚ ਨਹੀਂ ਸੀ ਆ ਰਹੇ, ਤੇ ਬੀਬੀਆਂ ਨੂੰ ਕਹਿੰਦੇ ਵੀ ਤੁਸੀਂ ਰੋਲਾ ਤਾਂ ਪਾਉਂਦੇ ਹੋ ਗਿਆਨੀ ਪਿੱਛੇ ਕਿਉਂਕਿ ਗਿਆਨੀ ਤੁਹਾਡੇ ਨਾਲ ਗਲਤ ਸੰਬੰਧ ਬਣਾਉਂਦਾ। ਸ਼ਰੇਆਮ ਕਮੇਟੀ ਨੇ ਬੀਬੀਆਂ ਨੂੰ ਇਹ ਸ਼ਬਦ ਭਰੀ ਸੰਗਤ ਵਿੱਚ, ਇਹ ਸ਼ਬਦ ਕਮੇਟੀ ਵਾਲੇ ਮੈਂਬਰ ਬਰਜਿੰਦਰ ਸਿੰਘ ਪਰਵਾਨਾ ਜੀ, ਇਹ ਸ਼ਬਦ ਮੈਂ ਤੁਹਾਡੇ ਕੋਲ ਦੁਬਾਰਾ ਪੁੱਛਣਾ ਤਾਂ ਨਹੀਂ ਚਾਹੁੰਦਾ, ਲੇਕਿਨ ਪੁੱਛਣੇ ਪੈ ਰਹੇ ਨੇ, ਕਿਉਂਕਿ ਇੱਕ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਚਾਹੇ ਪਿੰਡ ਦੀ ਕਮੇਟੀ ਹੀ ਹੈ, ਐਸੇ ਸ਼ਬਦ ਆਪਣੇ ਹੀ ਪਿੰਡ ਦੀਆਂ ਬੀਬੀਆਂ ਬਾਰੇ ਕਿਵੇਂ ਬੋਲ ਸਕਦੇ ਨੇ? ਦੇਖੋ ਜੀ, ਹੁਣ ਇਹ ਤਾਂ ਕਮੇਟੀ ਨੂੰ ਪਤਾ ਹੋਵੇ ਜੀ, ਨਿੱਕੇ ਸਭ ਤੋਂ ਕੱਲ ਦੇ ਉਸ ਤੋਂ ਅੱਗੇ ਆ ਰਹੇ ਜੀ, ਅਸੀਂ ਉੱਥੇ ਰੋਡ ਤੇ ਬੈਠੇ ਪਿੰਡ ਵਾਲੇ ਤੇ ਕਮੇਟੀ ਵਾਲੇ ਉੱਥੇ ਆ ਕੇ ਤੇ ਬੱਚਿਆਂ ਦੇ ਗਲ ਪਏ, ਸੰਗਤ ਦੇ ਗਲ ਪਏ, ਕਹਿੰਦੇ ਜੋ ਕਰਨਾ ਕਰ ਲੋ ਜੀ। ਔਰ ਪੁਲਿਸ ਪ੍ਰਸ਼ਾਸਨ 2 ਘੰਟੇ ਤੱਕ, ਦੇਖੋ ਪੁਲਿਸ ਲੱਗੀ ਹੈ, ਪੁਲਿਸ ਪ੍ਰਸ਼ਾਸਨ ਕਮੇਟੀ ਨੂੰ ਗੁਰਦੁਆਰੇ ਨੇ ਲਿਆ ਸਕਿਆ, ਜਦਕਿ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਘਰ ਵਿੱਚ ਅਸੀਂ ਉੱਥੇ ਬੈਠੇ ਸੀ ਫੈਸਲਾ ਕਰਨ ਨੂੰ ਜੀ, ਕਮੇਟੀ ਨਹੀਂ ਆਈ, 2 ਘੰਟੇ ਨਹੀਂ ਆਈ। ਫਿਰ ਅਸੀਂ ਹਾਈਵੇ ਜਾਮ ਕੀਤਾ, ਹਾਈਵੇ ਵੀ 1.5 ਘੰਟੇ ਡੀ ਐਸ ਪੀ ਅਸ਼ੋਕ ਕੁਮਾਰ ਕਹਿੰਦਾ ਜੀ ਹੁਣ ਆ ਗਏ, 2 ਮਿੰਟ ਜਾ ਕੇ 2 ਮਿੰਟ ਜਾ ਕੇ, 1.5 ਘੰਟੇ ਉਹਨਾਂ ਨੂੰ ਲਿਆਉਣ ਚ ਨਾਕਾਮਯਾਬ ਰਹੇ, ਪਤਾ ਨੀ ਕੀ ਮਜਬੂਰੀ ਸੀ ਪੁਲਿਸ ਪ੍ਰਸ਼ਾਸਨ ਜੀ। ਉਸ ਤੋਂ ਬਾਅਦ ਇਹਨਾਂ ਨੇ ਆਪ ਮਾਹੌਲ ਖਰਾਬ ਕਰਕੇ, ਕਿਉਂਕਿ ਸਾਡੇ ਹੁਣ ਤੱਕ ਕਿਰਨ ਜੀ ਬਹੁਤ ਧਰਨੇ ਲੱਗੇ ਨੇ, ਮੋਰਚੇ ਲੱਗੇ ਨੇ, ਸਾਡੇ ਕਿਸੇ ਧਰਨੇ ਵਿੱਚ ਅੱਜ ਤੱਕ ਸ਼ੋਰ ਨੀ ਪਿਆ ਜੀ। ਜੀ ਮੈਂ ਪਿੱਛੇ ਦੇਖ ਰਿਹਾ ਸੀਗਾ ਜਦੋਂ ਸਿਰਸੇ ਵਾਲੇ ਦਾ ਸਤਸੰਗ ਹੋਣਾ ਸੀਗਾ, ਉਸ ਵੇਲੇ ਵੀ ਤੁਸੀਂ ਉੱਥੇ ਆਪਣੇ ਵੱਲੋਂ ਪ੍ਰੋਟੈਸਟ ਕੀਤਾ ਸੀ, ਲੇਕਿਨ ਉਹ ਬੜਾ ਸ਼ਾਂਤੀਪੂਰਵਕ ਪ੍ਰੋਟੈਸਟ ਸੀਗਾ। ਬਿਲਕੁਲ ਜੀ, ਦੇਖੋ ਜੀ ਉਹ ਤਾਂ ਐਡਾ ਵੱਡਾ ਮਸਲਾ ਸੀ, ਸ਼ਾਂਤ ਮੇ ਨਾ ਕਰਦਾ ਸੀ, ਇਹ ਤਾਂ ਬੜਾ ਨੋਰਮਲ ਗੱਲ ਸੀਗੀ ਗੁਰਦੁਆਰੇ ਬੰਦ ਪਿੰਡ ਪੱਧਰ ਦੀ। ਬਿਲਕੁਲ ਜੀ, ਡੀ ਐਸ ਪੀ ਨੇ ਬਿਨਾਂ ਕਿਸੇ ਦੀ ਇਜਾਜ਼ਤ ਤੋਂ ਰਵਿੰਦਰ ਕੁਮਾਰ ਨੇ ਲਾਠੀਚਾਰਜ ਕਰਤਾ ਸੰਗਤ ਤੇ, ਔਰ ਵੀਡੀਓ ਤੁਸੀਂ ਦੇਖਿਓ ਧਿਆਨ ਨਾਲ, ਨਿੱਕੇ ਨਿੱਕੇ ਬੱਚੇ 12-12 ਸਾਲ ਦੇ, 8-8 ਸਾਲ ਦੇ ਰੋ ਰਹੇ ਨੇ ਜੀ, ਔਰ ਦਹਿਸ਼ਤ ਦਾ ਮਾਹੌਲ ਬੱਚਿਆਂ ਦੇ ਮਨ ਚ ਪੈਦਾ ਕੀਤਾ ਗਿਆ।
ਹੁਣ ਤੁਸੀਂ ਇੱਥੋਂ ਵੇਖੋ ਵੀ ਉਹਨਾਂ ਬੱਚਿਆਂ ਦੇ ਮਨ ਚ ਕਿੰਨਾ ਕੁ ਪਿਆਰ ਹੋਊਗਾ, ਜਿਹੜੇ ਬੱਚੇ ਗਰੰਟੀ ਵਾਸਤੇ ਬਜ਼ੁਰਗ ਮਾਤਾਵਾਂ ਬੀਬੀਆਂ ਪਿੰਡ ਦੀਆਂ ਧੁੱਪ ਦੇ ਸੜਕ ਦੇ ਉੱਪਰ ਬੈਠੀਆਂ ਰਹੀਆਂ, ਲੰਮਾ ਪਈਆਂ ਰਹੀਆਂ ਵੀ ਅਸੀਂ ਹੱਕ ਲੈਣਾ ਆਪਣਾ। ਬੀਬੀਆਂ ਮੂਰਖ ਦੇ ਜਿਹੜੀਆਂ ਸੜਕਾਂ ਦੇ ਉੱਪਰ ਆ ਗਈਆਂ, ਜਾਂ 8-8 ਸਾਲ ਦੇ ਬੱਚੇ ਜਿਹੜੇ ਮੂੰਹ ਜ਼ਬਾਨੀ ਉਹਨਾਂ ਨੇ ਕੱਲ ਸੜਕ ਦੇ ਉੱਪਰ ਬੈਠ ਕੇ ਜਾਪ ਕੀਤਾ ਸੁਖਮਨੀ ਸਾਹਿਬ ਦਾ ਬੱਚਿਆਂ ਨੇ। ਸੋ ਇਹ ਘਟਨਾ ਜਿਹੜੀ ਜੀ ਸਾਰਾ ਇਹਦੇ ਦੋਸ਼ੀ ਜਿਹੜਾ ਦੇਖੋ ਪਿੰਡ ਪੱਧਰ ਦਾ ਸੀਗਾ, ਪਰ ਜਿਹੜਾ ਹਾਲਾਤ ਖਰਾਬ ਹੋਏ ਨੇ ਕੱਲ ਉਹ ਪੁਲਿਸ ਪ੍ਰਸ਼ਾਸਨ ਦੀ ਮਤਲਬ ਗੈਰ ਜ਼ਿੰਮੇਵਾਰਾਨਾ ਅਫਸਰ ਕਰਕੇ ਹੋਏ। ਉਸ ਤੋਂ ਬਾਅਦ ਐਸ ਪੀ ਸਾਹਿਬ ਆਏ, ਹੁੰਦਲ ਜੀ ਆਏ ਨੇ, ਡੀ ਐਸ ਪੀ ਪੈਂਥੇ ਜੀ ਆਏ ਨੇ, ਸਾਡਾ ਉਹਨਾਂ ਨਾਲ ਵਾਹ ਵਾਸਤਾ ਹੈਗਾ, ਸੁਖਵਿੰਦਰ ਸਿੰਘ ਜੀ ਆਏ ਨੇ, ਡੀ ਐਸ ਪੀ ਗਰੇਵਾਲ ਆਏ, ਸਾਡੇ ਰਾਜਗੁਰ ਰਹਿ ਕੇ ਗਏ ਨੇ। ਸਭ ਨੂੰ ਪਤਾ ਵੀ ਅਸੀਂ ਕਦੇ ਪੁਲਿਸ ਦੇ ਕੰਮ ਚ ਇੰਟਰਫੇਅਰ ਨਹੀਂ ਕੀਤਾ। ਚਲੋ ਉਹ ਆਏ ਨੇ ਬੜੇ ਤਰੀਕੇ ਨਾਲ, ਤਹਿਸੀਲਦਾਰ ਸਾਹਿਬ ਆਏ ਨੇ ਘਨੌਰ ਦੇ, ਬੈਠ ਕੇ ਬੜੇ ਤਰੀਕੇ ਨਾਲ ਸੁਲਝਾਉਣ ਦੀ ਅਸੀਂ ਕੋਸ਼ਿਸ਼ ਕੀਤੀ, ਕਿਉਂਕਿ ਉੱਚ ਦਰਜੇ ਦੇ ਅਫਸਰ ਆ ਕੇ ਗੱਲ ਤਰੀਕੇ ਨਾਲ ਕਰਦੇ ਨੇ। ਪਰ ਡੀ ਐਸ ਪੀ ਅਸ਼ੋਕ ਕੁਮਾਰ ਨੇ ਮਤਲਬ ਕੱਲ ਉੱਥੇ ਨੰਗਾ ਨਾਚ ਜਿਹੜਾ ਸੀ ਉੱਥੇ ਜਲੂਸ ਕੱਢਿਆ, ਉੱਥੇ ਮਤਲਬ ਦਹਿਸ਼ਤਗਰਦੀ ਦਾ ਨੰਗਾ ਨਾਚ ਦਿਖਾਇਆ ਲੋਕਾਂ ਨੂੰ ਵੀ ਏਦਾਂ ਪੁਲਿਸ ਜਿਹੜੀ ਆ ਉਹ ਬਰਗਾੜੀ ਬਰਗਾੜੀ ਮਤਲਬ ਕੱਲ ਫਿਰ ਉਹ ਬਰਗਾੜੀ ਵਾਲਾ ਮਾਹੌਲ ਬਣਾਉਣਾ ਚਾਹੁੰਦੇ ਸੀ। ਮੈਂ ਇਸੇ ਲਈ ਤੁਹਾਡੇ ਕੋਲੋਂ ਸਾਰਾ ਸੰਖੇਪ ਵਿੱਚ ਪੁੱਛਿਆ, ਕਿਉਂਕਿ ਸਾਡਾ ਪੰਜਾਬ ਹਜੇ ਉਹਨਾਂ ਜ਼ਖਮਾਂ ਤੋਂ ਹਲੇ ਪਰੇ ਨਹੀਂ ਹੋਏ, ਉਹ ਜ਼ਖਮ ਹਜੇ ਵੀ ਅੱਲੇ ਨੇ। ਇਹੀ ਜਿਹੇ ਅਜੇ ਘਟਨਾਵਾਂ ਸਾਹਮਣੇ ਆਉਣਗੀਆਂ ਸਿੱਖ ਸੰਗਤਾਂ ਦੇ ਵਿੱਚ ਅਤੇ ਪੰਜਾਬੀ ਭਾਈਆਂ ਦੇ ਵਿੱਚ, ਕਿੱਥੇ ਇਹਦਾ ਮੈਸੇਜ ਜਾਏਗਾ? ਹੈਲੋ, ਦੁਬਾਰਾ ਪੁੱਛੋ ਜੀ। ਮੈਂ ਦੁਬਾਰਾ ਇਹੀ ਪੁੱਛਾਂਗਾ ਕਿ ਜੇ ਤੁਸੀਂ ਬਰਗਾੜੀ ਸਾਹਿਬ ਦੀ ਗੱਲ ਕੀਤੀ ਹੈ, ਬਰਗਾੜੀ ਕਾਂਡ ਦੀ ਗੱਲ ਕੀਤੀ ਹੈ, ਹਜੇ ਉਹ ਜਿਹੜੇ ਜ਼ਖਮ ਨੇ ਹਲੇ ਤੱਕ ਅੱਲੇ ਨੇ, ਅਗਰ ਇਹੋ ਜਿਹੀਆਂ ਘਟਨਾਵਾਂ ਫਿਰ ਆਉਂਦੀਆਂ ਨੇ ਤਾਂ ਪੰਜਾਬ ਦੇ ਜਿਹੜੇ ਪੰਜਾਬੀ ਭਾਈ ਨੇ, ਸਿੱਖ ਬਰਾਦਰੀ ਹੈਗੀ ਹੈ, ਉਹ ਫਿਰ ਇਹਦਾ ਮੈਸੇਜ ਉਹਨਾਂ ਉੱਪਰ ਕੀ ਜਾਏਗਾ? ਸਰ, ਬਰਾਦਰੀ ਦੇ ਉੱਪਰ ਸਿੱਖ ਭਾਈਚਾਰੇ ਦੇ ਮੈਸੇਜ ਇਹੀ ਜਾ ਰਿਹਾ ਹੁਣ ਕਿ ਦੇਖੋ, ਪਹਿਲਾਂ ਅਸੀਂ ਅਕਾਲੀਆਂ ਨੂੰ ਰੋਂਦੇ ਰਹੇ ਵੀ ਉਹਨਾਂ ਧੱਕਾ ਕੀਤਾ, ਹੁਣ ਅਸੀਂ ਕਾਂਗਰਸ ਨੂੰ ਰੋਸ ਵੀ ਕਾਂਗਰਸ ਧੱਕਾ ਕਰ ਰਹੀ ਹੈ। ਫਰੀਦਕੋਟ ਵੀ ਦੇਖੋ ਪੁਲਿਸ ਵੱਲੋਂ ਕਿੰਨੇ ਭੇਦ ਭਰੀ ਹਾਲਤ, ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਉਹ ਵੀ ਤੁਹਾਡੇ ਸਾਹਮਣੇ, ਹੁਣ ਦੇਖੋ ਰੌਲਾ ਵਧਿਆ ਹੋਇਆ। ਮਤਲਬ ਏਦਾਂ ਦੇ ਹਾਲਾਤ ਜਿਹੜੇ ਨੇ ਦਿਨੋ ਦਿਨ ਜਿਹੜੇ ਨੇ ਵਧਦੇ ਜਾ ਰਹੇ ਨੇ। ਪੁਲਿਸ ਜਦੋਂ ਅਸੀਂ ਸੰਗਤ ਆਰਾਮ ਨਾਲ ਸ਼ਾਂਤਮਈ ਰੋਸ ਮਾਰਚ ਕਰ ਰਹੀ ਹੈ, ਸੰਗਤ ਦਾ ਹੱਕ ਹੈ, ਲੋਕਾਂ ਦਾ ਹੱਕ ਹੈ ਆਪਣਾ ਮਾਲ ਰੋਸ ਜ਼ਾਹਰ ਕਰਨਾ, ਜਦੋਂ ਤੁਸੀਂ ਗੱਲ ਹੀ ਨੀ ਸੁਣਦੇ ਤੇ ਸੰਗਤ ਸੜਕਾਂ ਤੇ ਆਏਗੀ, ਲੋਕ ਸੜਕਾਂ ਤੇ ਆਣਗੇ, ਪ੍ਰੋਟੈਸਟ ਕਰਨਾ ਸੰਗਤ ਦਾ ਹੱਕ ਹੈ। ਬਿਲਕੁਲ, ਤੁਸੀਂ ਜਦੋਂ ਤੁਹਾਡੇ ਉਹ ਅਸੀਂ ਕਹਿ ਰਹੇ ਵੀ ਕਮੇਟੀ ਕੋਲ ਲਿਖਤੀ ਮਾਫ਼ੀ ਮੰਗ ਲਓ, ਗੱਲ ਖਤਮ ਵਿੱਚ ਨਿਬੜ ਜਾਂਦਾ, ਪੁਲਿਸ ਉਹ ਵੀ ਨੀ ਕਰ ਪਾਈ ਮਤਲਬ ਕੱਲ ਸਾਰੇ ਦਿਨ ਦੇ ਵਿੱਚ। ਤੁਸੀਂ ਤਾਂ ਵੈਸੇ ਵੀ ਕਿਹਾ ਕਿ ਥਾਣੇ 'ਚ ਨਹੀਂ, ਅਸੀਂ ਤਾਂ ਗੁਰਦੁਆਰਾ ਸਾਹਿਬ 'ਚ ਬੈਠ ਕੇ ਇਹਦਾ ਹੱਲ ਕਰਨਾ ਚਾਹੁੰਦੇ ਹਾਂ, ਲੇਕਿਨ ਉਹ ਹੱਲ ਨਾ ਹੋ ਪਾਇਆ ਤੇ ਉਸ ਤੋਂ ਬਾਅਦ ਸਾਰੀ। ਜੇਕਰ ਗੱਲ ਕਰਾਂ ਬਰਜਿੰਦਰ ਪਰਵਾਨਾ, ਤੁਹਾਨੂੰ ਕੁਝ ਵੀਡੀਓ ਵੀ ਪ੍ਰੋਵਾਈਡ ਕਰਵਾ ਸਕਦੇ ਹਾਂ ਜਿਹਦੇ ਵਿੱਚ ਅਸੀਂ ਸੰਗਤ ਵਿੱਚ ਬੋਲਿਆ ਗਿਆ, ਉਹ ਵੀਡੀਓ ਸਾਡੇ ਪੇਜ ਉੱਪਰ ਨੇ, ਅਸੀਂ ਤੁਹਾਨੂੰ ਭਿਜਵਾ ਸਕਦੇ ਹਾਂ, ਤੁਸੀਂ ਵੀਡੀਓ ਦੀ ਕਲਿੱਪ ਲੈ ਸਕਦੇ ਹੋ। ਜਿੱਥੇ ਅਸੀਂ ਬੋਲਿਆ ਗਿਆ ਵੀ ਜੇ ਅਸੀਂ ਕਮੇਟੀ ਤੇ ਅੱਜ ਖਿਲਾਫ ਆਏ ਹੋਈਏ, ਅਸੀਂ ਕਮੇਟੀ ਤੇ ਚੜ੍ਹ ਕੇ ਆਏ ਹੋਈਏ, ਜਾਂ ਸਾਨੂੰ ਅੱਜ ਦੇ ਇਸ ਮੈਟਰ 'ਚ ਕੋਈ ਅਸੀਂ ਮਸਲਾ ਆਪਣਾ ਪਰਸਨਲ ਹੋਵੇ ਤਾਂ ਸਾਡੇ ਸਰੀਰ ਨੂੰ ਕੋਹੜ ਹੋ ਜਾਵੇ, ਅਸੀਂ ਤਾਂ ਸਾਰਿਆਂ ਦੇ ਹੱਕ ਵਾਸਤੇ ਆਏ ਹਾਂ। ਸੋ ਇਹ ਤਾਂ ਸਿਰਫ ਸਾਂਝਾ ਮਸਲਾ ਸੀਗਾ, ਇਹਦੇ ਵਿੱਚ ਤਾਂ ਅਸੀਂ ਸਮਝ ਵੀ ਸਕਦੇ ਹਾਂ ਕਿ ਕੋਈ ਪਰਸਨਲ ਰੰਜਿਸ਼ ਹੈ ਹੀ ਨਹੀਂ। ਜੇਕਰ ਅਸੀਂ ਗੱਲ ਕਰਦੇ ਕਿ ਇਸ ਸਮੇਂ ਦੇ ਵਿੱਚ ਕੁਛ ਸਿੰਘ ਸਾਹਿਬਾਨਾਂ ਨੂੰ ਵੀ ਹਿਰਾਸਤ ਵਿੱਚ ਲਿੱਤਾ ਗਿਆ ਸੀਗਾ, ਉਹਨਾਂ ਨੂੰ ਛੋੜ ਦਿੱਤਾ ਗਿਆ ਜੀ? ਸਿੰਘ ਸਾਹਿਬ ਜੀ ਮੈਨੂੰ ਹੀ ਮਤਲਬ ਮੈਂ ਅਗਵਾਈ ਕਰ ਰਿਹਾ ਸੀ ਇਸ ਮੋਰਚੇ ਦੀ, ਤੇ ਮੈਨੂੰ ਹੀ ਹਿਰਾਸਤ ਵਿੱਚ ਲੈ ਲਿਆ ਗਿਆ, ਮੇਰੇ ਜਥੇ ਦੇ ਸਿੰਘ ਨੂੰ ਹਿਰਾਸਤ ਚ ਲੈ ਲਿਆ ਗਿਆ, ਜਦਕਿ ਮੇਰੇ ਵੱਲੋਂ ਪੁਲਿਸ ਤੇ ਕੋਈ ਲਾਠੀਚਾਰਜ ਨਹੀਂ ਕੀਤਾ ਗਿਆ, ਪੁਲਿਸ ਨਾਲ ਕੋਈ ਧੱਕਾ ਮੁੱਕੀ, ਤੁਸੀਂ ਵੀਡੀਓ ਦੇਖੋ ਸਾਫ਼ ਜ਼ਾਹਿਰ ਹੋ ਰਿਹਾ ਕਿ ਮੇਰੇ ਹੱਥ ਬਿਲਕੁਲ ਥੱਲੇ ਨੇ, ਉਹ ਪੁਲਿਸ ਬਿਨਾਂ ਧੱਕਾ ਕਰ ਰਹੀ ਹੈ, ਕਿਉਂਕਿ ਉਹਨਾਂ ਨੂੰ ਸੀ ਵੀ ਇਹਨੂੰ ਜੇਕਰ ਫੜ ਲਿਆ ਜਾਂਦਾ ਤੇ ਜਿਹੜੇ ਲੋਕ ਨੇ ਆਪਣੇ ਘਰਾਂ ਚਲੇ ਜਾਣਗੇ। ਪਰ ਸੰਗਤ ਦੀ ਕੱਲ ਜਿੱਤ ਹੋਈ ਆ, ਸੰਗਤ ਉੱਥੇ ਬੈਠੀ ਰਹੀ, ਅਸੀਂ ਬੀਬੀਆਂ ਦਾ ਧੰਨਵਾਦ ਕਰਦੇ ਹਾਂ, ਭੈਣਾਂ ਦਾ ਧੰਨਵਾਦ ਕਰਦੇ ਹਾਂ, ਨਿੱਕੇ ਨਿੱਕੇ ਬੱਚਿਆਂ ਦਾ ਧੰਨਵਾਦ ਕਰਦੇ ਹਾਂ, ਨੌਜਵਾਨ ਵੀਰਾਂ ਦਾ, ਇਲਾਕੇ ਦੇ ਸਿੰਘਾਂ ਦਾ ਧੰਨਵਾਦ ਕਰਦੇ ਹਾਂ ਵੀ ਜਿਹੜੇ ਉੱਥੇ ਬੈਠੇ ਰਹੇ ਉਹ ਕਹਿੰਦੇ ਜੀ ਪਰਵਾਨਾ ਜੀ ਆਉਣਗੇ, ਉਹੀ ਫੈਸਲਾ ਕਰਨਗੇ ਤੇ ਤਾਂ ਅੱਗੇ ਕੋਈ ਹੱਲ ਨਿਕਲੂਗਾ। ਸੋ ਅੱਧੇ ਘੰਟੇ ਬਾਅਦ ਪੁਲਿਸ ਛੱਡਦੀ ਨਹੀਂ ਸੀ, ਪੁਲਿਸ ਨੇ ਕੇਸ ਹੀ ਪਾਉਣੇ ਸੀ ਤੁਹਾਨੂੰ ਪਤਾ ਜੀ, ਪਰ
ਮਜਬੂਰੀ ਪੁਲਿਸ ਦੀ ਹੋ ਗਈ ਵੀ ਸੰਗਤ ਅੱਗੇ ਪੁਲਿਸ ਨੂੰ ਫਿਰ ਗੋਲੀਆਂ ਜਿਹੜੀਆਂ ਟੇਕਣੀਆਂ ਪਈਆਂ। ਸਰਬੱਤ ਜਥੇਬੰਦੀਆਂ ਜਿਹੜੀਆਂ ਸੀ ਉਹਨਾਂ ਦੇ ਫੋਨ ਆ ਗਏ ਤੇ ਜਥੇਬੰਦੀਆਂ ਤਿਆਰ ਪਰ ਤਿਆਰ ਹੋ ਗਏ ਸੀ ਪਹੁੰਚਣ ਵਾਸਤੇ, ਜੇ ਹੋਰ 1 ਘੰਟਾ ਤੇ ਮੈਨੂੰ ਨਾ ਛੱਡਦੇ। ਜੀ ਹਾਂ, ਛੱਡਦੇ। ਹੁਣ ਮੈਂ ਜਾਣ ਤੋਂ ਪਹਿਲਾਂ ਬਸ ਇੱਕੋ ਗੱਲ ਪੁੱਛਣੀ ਚਾਹਾਂਗਾ, ਇੱਕ ਤਾਂ ਪੰਜਾਬ ਦੀ ਸੰਗਤ ਵਾਸਤੇ ਤੁਹਾਡੀ ਕੀ ਮੈਸੇਜ ਹੈ, ਕੀ ਅਪੀਲ ਹੈ, ਤੇ ਦੂਸਰਾ ਮੈਂ ਪੰਜਾਬ ਦੀ ਸੰਗਤ ਵਾਸਤੇ ਮੇਰੀ ਇਹੀ ਅਪੀਲ ਹੈ ਕਿਰਨ ਜੀ ਕਿ ਪੰਜਾਬ ਦੀ ਸੰਗਤ ਗ੍ਰੰਥੀ ਸਿੰਘਾਂ ਦੇ ਹੱਕ ਵਾਸਤੇ ਸਾਹਮਣੇ ਆਵੇ। ਔਰ ਇੱਥੇ ਕਿਰਨ ਜੀ ਇੱਕ ਬਹੁਤ ਮੈਂ ਆਪ ਜੀ ਨੂੰ ਸ਼ਰਮਨਾਕ ਗੱਲ ਦੱਸਣ ਜਾ ਰਿਹਾ ਵੀ ਇਸ ਗੁਰਦੁਆਰੇ ਦਾ ਜਿਹੜਾ ਆਮਦਨ ਹੈ ਉਹ 25 ਲੱਖ ਰੁਪਇਆ ਸਾਲ ਦੀ ਘੱਟੋ ਘੱਟ ਹੈ ਜੀ, ਤੇ 23.5 ਕਿੱਲੇ ਇਸ ਗੁਰੂ ਘਰ ਦੇ ਵਿੱਚ ਜ਼ਮੀਨ ਹੈ ਜੀ, ਔਰ 23.5 ਕਿੱਲੇ ਜ਼ਮੀਨ ਹੋਣ ਦੇ ਬਾਵਜੂਦ 25 ਲੱਖ ਆਮਦਨ ਹੋਣ ਦੇ ਬਾਵਜੂਦ ਕੋਈ ਖਰਚੇ ਨਹੀਂ ਜੀ, ਤੇ ਗ੍ਰੰਥੀ ਸਿੰਘ ਜਿਹੜੀ ਤਨਖਾਹ ਹੈ ਉਹ ਸਿਰਫ 1300 ਰੁਪਈਏ ਹੈ, ਮਤਲਬ 40 ਰੁਪਈਏ ਦਿਹਾੜੀ ਦੇ ਹਿਸਾਬ ਨਾਲ ਗ੍ਰੰਥੀ ਨੂੰ ਰੋਜ਼ ਪੈਸੇ ਦਿੱਤੇ ਜਾਂਦੇ ਨੇ, 40 ਰੁਪਈਏ ਗ੍ਰੰਥੀ ਦੀ ਦਿਹਾੜੀ ਹੈ। ਜੇ ਜੇਕਰ ਮੈਂ ਗਲਤ ਨਹੀਂ ਹੈਗਾ ਤੇ ਇਸ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੇ ਚਰਨ ਛੋਹ ਵੀ ਪ੍ਰਾਪਤ ਹੈ? ਬਿਲਕੁਲ ਜੀ, 9ਵੇਂ ਪਾਤਸ਼ਾਹ ਦਾ ਸਥਾਨ ਹੈ ਜੀ, 9ਵੇਂ ਪਾਤਸ਼ਾਹ ਦਾ ਸਥਾਨ ਹੈ, ਤੇ ਇਸ ਜਗ੍ਹਾ ਦੇ ਉੱਪਰ ਗ੍ਰੰਥੀ ਸਿੰਘ ਦੀ ਜਿਹੜੀ ਤਨਖਾਹ ਹੈ ਉਹ ਮਹਿਜ 1300 ਰੁਪਏ ਹੈ। ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ, ਸ਼੍ਰੋਮਣੀ ਜਿਹੜੀ ਇਹ ਵੱਡੇ ਵੱਡੇ ਦਾਅਵੇ ਕਰਦੀ ਹੈ ਵੀ ਅਸੀਂ ਗੁਰੂ ਘਰ ਦੇ ਗ੍ਰੰਥੀਆਂ ਦੇ ਹੱਕਾਂ ਵਿੱਚ ਖੜਦੇ ਹਾਂ, ਉਹਨਾਂ ਦੀ ਮਦਦ ਕਰਦੇ ਹਾਂ। ਸੋ ਕੱਲ੍ਹ ਦੀ ਘਟਨਾ ਬਾਰੇ ਤੁਸੀਂ ਸਾਨੂੰ ਸੰਖੇਪ ਵਿੱਚ ਦੱਸਿਆ, ਅਤੇ ਇਸ ਮਸਲੇ ਦਾ ਜਦੋਂ ਵੀ ਹੱਲ ਹੁੰਦਾ ਅਸੀਂ ਚਾਹਵਾਂਗੇ ਸਿੱਖ ਸੰਗਤਾਂ ਵਧੀਆ ਅਤੇ ਅੱਛੇ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਇਸ ਦਾ ਹੱਲ ਕਰਨ। ਜੋ ਕੁਛ ਕੱਲ੍ਹ ਹੋਇਆ ਉਸ ਉੱਪਰ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਹੈਗਾ ਨਾਕਾਮੀ ਸਾਹਮਣੇ ਆਈ ਹੈ, ਜਿਵੇਂ ਕਿ ਬਰਜਿੰਦਰ ਸਿੰਘ ਪਰਵਾਨਾ ਜੀ ਨੇ ਸਾਨੂੰ ਦੱਸਿਆ। ਪਰਵਾਨਾ ਜੀ, ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜਿਹੜਾ ਇੱਥੇ ਆਪਣਾ ਇਕੱਠ, ਅਸੀਂ ਕਿਸੇ ਜਥੇ ਵੱਲੋਂ ਨਹੀਂ ਆਏ, ਮੇਰੇ ਨਾਲ ਭਾਈ ਜਸਵਿੰਦਰ ਸਿੰਘ ਜੀ ਵੀ ਇਹਨੇ ਜਸੋਜਟ ਸਿੱਖ ਪਾਰਟੀ ਤੋਂ, ਅਸੀਂ ਕਿਸੇ ਧੜੇਬੰਦੀ ਜਾਂ ਜਥੇਬੰਦੀ ਕਰਕੇ ਨਹੀਂ ਅਸੀਂ ਇੱਥੇ ਪਹੁੰਚੇ। ਮਸਲਾ ਸਾਡੀ ਕੌਮ ਦਾ ਬੜਾ ਗੰਭੀਰ ਹੁੰਦਾ ਜਾਂਦਾ, ਇੰਨਾ ਕੁ ਗੰਭੀਰ ਹੁੰਦਾ ਜਾਂਦਾ ਵੀ ਸਾਡੀ ਕੌਮ ਦੇ ਇੱਥੇ ਆਪਾਂ ਬੈਠੇ ਹਾਂ, ਆਪਾਂ ਵਿਚਾਰਨਾ। ਮੈਂ ਪਹਿਲਾਂ ਤੁਹਾਨੂੰ ਸਪਸ਼ਟ ਅੱਖਰਾਂ 'ਚ ਕਹਿ ਦੇਵਾਂ, ਇੱਥੇ ਅਸੀਂ ਬੈਠੇ ਤਾਂ ਵਾਂ ਵੀ 2 ਧਿਰਾਂ ਦੀ। ਥਾਣੇ 'ਚ ਬੁਲਾਉਂਦੇ ਸੀ ਸਾਨੂੰ ਕੱਲ੍ਹ ਪਰਸੋਂ, ਮੈਂ ਕਿਹਾ ਥਾਣੇ 'ਚ ਨਹੀਂ ਨਿਬੇੜਨਾ, ਸੰਗਤ 'ਚ ਨਿਬੇੜਾਂਗੇ। ਜਿਹੜਾ ਮਸਲਾ ਸੰਗਤ ਦਾ ਨਾ, ਉਹ ਸੰਗਤ 'ਚ ਸੋਭਾ ਪਾਉਂਦਾ, ਥਾਣਿਆਂ ਵਿੱਚ ਨਹੀਂ ਸੋਭਾ ਪਾਉਂਦਾ। ਬਹੁਤ ਸਾਨੂੰ ਕੱਲ੍ਹ ਫੋਨ ਆਏ, ਬਹੁਤ ਵੀਰਾਂ ਦੇ ਫੋਨ ਆਏ, ਸਾਡੇ ਭਰਾ ਖੜੇ ਨੇ ਸ਼ੈਡੀ ਵਾਲੇ, ਇਹਨਾਂ ਦੇ ਬੜੇ ਫੋਨ ਆਏ। ਅੱਜ ਵੀ ਦੇਖੋ ਇੱਥੇ, ਚਲੋ ਪ੍ਰਸ਼ਾਸਨ ਲੱਗਾ ਉਹਨਾਂ 'ਤੇ ਆਪਣਾ ਕਾਰਵਾਈ ਕਰਨੀ ਆ, ਉਹ ਤਾਂ ਉਹਨਾਂ ਦਾ, ਉਹ ਸਾਡੀ ਸੇਫਟੀ ਵਾਸਤੇ ਖੜੇ ਨੇ, ਕੋਈ ਇੱਦਾਂ ਦੀ ਗੱਲ ਹੈ ਨਹੀਂ। ਮਤਲਬ ਅੱਜ ਸਾਡਾ ਇੱਥੇ ਪਹੁੰਚਣ ਦਾ ਮਕਸਦ ਜਿਹੜਾ ਇਹ ਹੈ, ਨਾ ਤਾਂ ਅਸੀਂ ਇੱਥੇ ਕਿਸੇ ਕਮੇਟੀ ਨੂੰ ਨੀਵਾਂ ਪਾਉਣ ਆਏ, ਮੈਂ ਤੁਹਾਨੂੰ ਉੱਥੋਂ ਕਹਿ ਰਿਹਾ, ਗੁਰੂ ਦੀ ਹਜ਼ੂਰੀ 'ਚ ਖੜ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਥਾਨ 'ਤੇ ਖੜ ਕੇ ਭਾਈ ਸਾਹਿਬ ਜਸਵਿੰਦਰ ਸਿੰਘ ਨਾਲ ਨੇ, ਗ੍ਰੰਥੀ ਸਿੰਘ ਨਾਲ ਨੇ, ਜੇ ਸਾਡਾ ਇਹ ਮਕਸਦ ਹੋਵੇ ਮਾੜਾ ਜਿਹਾ ਵੀ ਸਾਡਾ ਕਿਸੇ ਦਾ ਦਿਲੋਂ ਬਈ ਅਸੀਂ ਕਮੇਟੀ ਨੂੰ ਨੀਵਾਂ ਪਾਉਣਾ, ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੋ ਮਰਜ਼ੀ ਸਾਡੇ ਜਥੇ ਨੂੰ ਸਾਨੂੰ ਸਜ਼ਾ ਦੇ ਦੇਣ, ਇਸ ਤੋਂ ਉੱਪਰ ਅਸੀਂ ਕੁਝ ਨਹੀਂ ਕਹਿ ਸਕਦੇ। ਤੁਹਾਨੂੰ ਸਬੂਤ ਦੇਣ ਵਾਸਤੇ ਵੀ ਤੁਸੀਂ ਸਾਨੂੰ ਇਹ ਯਕੀਨ ਦਿਵਾਉਣ ਵਾਸਤੇ ਸਾਡੇ ਤੋਂ, ਇਸ ਤੋਂ ਵੱਡੀ ਮੈਂ ਗੱਲ ਨਹੀਂ ਕਹਿ ਸਕਦਾ ਵੀ ਸਾਡੇ ਸਰੀਰ ਨੂੰ ਕੋੜ ਹੋ ਜਾਏ ਜੇ ਅਸੀਂ ਕਿਸੇ ਦੇ ਖਿਲਾਫ਼ ਚੜ੍ਹ ਕੇ ਆਏ ਹੋਈਏ, ਇਸ ਤੋਂ ਉੱਪਰ ਮੈਂ ਕੁਝ ਨਹੀਂ ਕਹਿ ਸਕਦਾ। ਸਾਡਾ ਮਕਸਦ ਇੱਕੋ ਹੈ, ਪਿੰਡ ਦਾ ਭਾਈਚਾਰਾ ਜਿਹੜਾ ਉਹ ਪਿੰਡ ਦਾ ਭਾਈਚਾਰਾ ਬਣਿਆ ਰਹੇ। ਮਕਸਦ ਇੱਕੋ ਹੈ ਵੀ ਸਾਡੇ ਕੌਮ ਦੇ ਗ੍ਰੰਥੀਆਂ ਦਾ ਕੀ ਹਾਲ ਹੈ, ਤਰਾਸਦੀ ਆ ਬਸ। ਅਸੀਂ ਭਾਵੇਂ ਮੈਂ ਗ੍ਰੰਥੀ ਨਹੀਂ ਪਰ ਮੇਰੀ ਜਮਾਤ ਤਾਂ ਇਹੀ ਹੈ, ਸਾਡੀ ਵਿਚਰਨਾ ਸਾਡਾ ਗ੍ਰੰਥੀਆਂ ਦੇ ਵਿੱਚ ਹੈ। ਬਲਵਿੰਦਰ ਸਿੰਘ ਬੈਠੇ, ਕੁਲਵਿੰਦਰ ਸਿੰਘ ਬੈਠੇ ਨੇ, ਸਿੰਘ ਸਾਹਿਬ ਬੈਠੇ ਨੇ, ਗਿਆਨੀ ਗੁਰਵੀਰ ਸਿੰਘ ਜੀ ਆਏ ਨੇ, ਸਾਰੇ ਗ੍ਰੰਥੀ ਸਿੰਘ ਬੈਠੇ ਇੱਥੇ। ਮਤਲਬ ਆਉਂਦੇ ਆਉਂਦਿਆਂ ਮੈਂ ਇੱਕ ਪਿੰਡ ਵਿੱਚੋਂ ਲੰਘ ਰਿਹਾ ਸਾਂ, ਹੁਣੇ ਤੁਹਾਡੇ ਬਾਅਦ ਵੀ ਲਿਖਿਆ, ਮੈਂ
ਮੈਂ ਕਹਿੰਦਾ ਵੀ ਗ੍ਰੰਥੀ ਜਿਹੜੇ ਨੇ ਨਾ, ਮੈਂ ਤੁਹਾਡੇ ਪਿੰਡ ਦੀ ਗੱਲ ਨਹੀਂ ਜੇ ਕਰ ਰਿਹਾ, ਹਰੇਕ ਜਗ੍ਹਾ ਦੀ ਗੱਲ। ਜੇ ਅੱਜ ਅਸੀਂ ਇੱਥੇ ਬੈਠੇ ਹਾਂ ਤਾਂ ਅਸੀਂ ਇਸ ਪਿੰਡ ਦੀ ਗੁਜ਼ਾਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਾਂ ਵੀ ਅੱਗੋਂ ਤੋਂ ਸਾਨੂੰ ਸਪੋਰਟ ਕਰੋ ਵੀ ਆਪਾਂ ਗ੍ਰੰਥੀਆਂ ਦੀ ਜ਼ਿੰਦਗੀ ਕਿਵੇਂ ਬਹਾਲ ਕਰੀਏ, ਗ੍ਰੰਥੀਆਂ ਨੂੰ ਕਿਵੇਂ ਚੰਗੀ ਰਸਤੇ 'ਤੇ ਲੈ ਕੇ ਆਈਏ। ਖੁਸਰੇ ਨੱਚ ਕੇ ਨਾ ਤਾੜੀਆਂ ਮਾਰ ਕੇ ਇੱਦਾਂ ਇੱਦਾਂ ਤਾੜੀਆਂ ਮਾਰਦੇ ਖੁਸਰੇ ਤਾਂ 11,000 ਲੈ ਜਾਂਦੇ ਨੇ, 11,000 ਲੈ ਜਾਂਦੇ ਨੇ। ਅਤੇ 23-23 ਕਿੱਲੇ ਜ਼ਮੀਨਾਂ ਨੇ ਗੁਰੂ ਘਰ ਦੇ ਤੁਹਾਡੇ ਪਿੰਡ ਵਿੱਚ, ਤੁਸੀਂ ਗ੍ਰੰਥੀ ਨੂੰ 1300 ਦਿੰਦੇ, ਤੁਹਾਡੇ ਪਿੰਡ ਨੇ ਸਾਰੇ ਪਿੰਡਾਂ 'ਚ ਆ ਰਹੀ ਹੈ। ਇਹ ਹਾਲ ਆ ਸਾਡੀ ਕੌਮ ਦਾ, ਮਤਲਬ ਵੀ 1300 ਰੁਪਇਆ 1500 ਰੁਪਇਆ ਤਨਖਾਹ, ਮਤਲਬ ਮੈਂ ਖੁਦ ਬੈਠਾ, ਅਸੀਂ ਮਤਲਬ ਜੁੱਤੀ ਵੀ ਪੈਰ 'ਚ ਪਾਉਣ ਜਾਂਦੇ ਹਾਂ ਅਤੇ 5,000 ਤੋਂ ਘੱਟ ਨਹੀਂ ਲੈਂਦੇ, ਦਵਾਈ ਲੈਣ ਜਾਂਦੇ ਹਾਂ ਅਤੇ ਡਾਕਟਰ 500 ਦੀ ਪਰਚੀ ਕਟਾਉਂਦਾ। ਮਤਲਬ ਗ੍ਰੰਥੀਆਂ ਦੀ ਹਾਲਤ ਕਿਵੇਂ ਸੁਧਾਰੀ ਜਾਵੇ, ਉਹਦੇ ਵਿਸ਼ੇ 'ਤੇ ਆਪਾਂ ਅੱਜ ਵਿਚਾਰਾਂ ਵੀ ਕਰਨੀਆਂ ਨੇ। ਅਤੇ ਦੂਜੀ ਗੱਲ ਜਿਹੜੀ ਆ, ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਵੀ ਜਿਹੜਾ ਇਹ ਮਸਲਾ ਹੈ, ਇੱਥੇ ਦੋਵੇਂ ਧਿਰਾਂ ਨੂੰ ਆਪਣਾ ਆਰਾਮ ਨਾਲ, ਭਾਵੇਂ ਅਸੀਂ ਇੱਕ ਦਾ ਪੱਖ ਸੁਣਿਆ, ਮੈਂ ਉਦਣ ਫੋਨ ਲਾਇਆ ਹਰਸਾ ਸਿੰਘ ਜੀ ਕਿਹੜੇ ਨੇ ਤੁਹਾਡੇ 'ਚੋਂ ਬੈਠੇ ਨੇ ਵੀਰ ਜੀ, ਹਰਸਾ ਸਿੰਘ ਹਰਸਾ ਸਿੰਘ ਜੀ ਕਿਹੜੇ ਨੇ ਮੇਰੇ ਨਾਲ ਫੋਨ 'ਤੇ, ਕਿਉਂ ਨਹੀਂ ਕਮੇਟੀ ਆਈ ਹੋਣੀ, ਕਮੇਟੀ ਆਈ ਨਹੀਂ, ਕਮੇਟੀ ਦਾ ਮੈਂਬਰ ਕੋਈ ਨਹੀਂ ਬੈਠੇ, ਨਹੀਂ ਕਿਹੜਾ ਬੈਠਾ, ਕਮੇਟੀ ਕਿਉਂ ਨਹੀਂ ਆਈ ਫਿਰ, ਜੇ ਕਮੇਟੀ 15 ਮਿੰਟ 'ਚ ਨਹੀਂ ਆਉਂਦੀ GT ਰੋਡ ਜਾਮ ਕਰ ਦਾਂਗੇ। ਆਪਣੀ 'ਚ ਭੈਣੋ ਗੁੱਸਾ ਨਾ ਕਰੋ, ਹੁਣ ਕਮੇਟੀ ਨਾਲ ਫੈਸਲਾ, ਕਮੇਟੀ ਨਾਲ ਗੱਲ ਕਰਨੀ ਹੈ ਫਿਰ, ਕਮੇਟੀ ਕਾ ਤੇ ਪਤਾ ਨਹੀਂ ਕਮੇਟੀ ਨੂੰ, ਪੂਰਾ ਪਿੰਡ ਪੂਰਾ ਪਿੰਡ ਬੈਠਾ, ਭਾਈ ਸਾਹਿਬ ਜੀ CID ਵਾਲੇ ਤੁਹਾਡਾ ਜ਼ਿੰਮੇਵਾਰੀ ਆ, ਥਾਣੇ ਜੇ ਥਾਣੇ ਜਾ ਸਕਦੇ ਕਮੇਟੀ ਵਾਲੇ, ਥਾਣੇ ਜਾ ਸਕਦੇ ਨੇ, ਪਿੰਡ ਨਹੀਂ ਪਤਾ ਉਹਨੂੰ ਕੱਟ ਹੋਇਆ। ਜੇ ਸੱਚੇ ਇੱਕ ਮਿੰਟ ਅਸੀਂ ਨਹੀਂ ਕਰਨਾ ਫੋਨ, ਅਸੀਂ ਫੋਨ ਨਹੀਂ ਕਰਨਾ, ਸਾਡੀ ਅਸੀਂ ਕਿਉਂ ਕਰੀਏ ਫੋਨ। ਜੇ ਥਾਣੇ ਜਾ ਸਕਦੇ ਨੇ, ਪਰਚੇ ਦੇ ਸਕਦੇ ਨੇ, ਅਤੇ ਜਦੋਂ ਪਿੰਡ ਵਿੱਚ ਇਕੱਠ ਰੱਖਿਆ, ਪਿੰਡ ਦੇ ਵਿੱਚ ਸੰਗਤ 'ਚ ਨਹੀਂ ਆ ਸਕਦੇ ਹੋ, ਦੱਸੋ ਵੀ ਨੌਜਵਾਨੋ ਕਮੇਟੀ ਇੱਥੇ ਨਹੀਂ ਆ ਸਕਦੀ, 15 ਮਿੰਟ ਦਾ ਟਾਈਮ ਹੈ ਤੁਹਾਡੀ ਕਮੇਟੀ ਨੂੰ, 15 ਮਿੰਟ ਦਾ ਟਾਈਮ ਹੈ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, 15 ਮਿੰਟ 'ਚ ਕਮੇਟੀ ਸਾਨੂੰ ਇੱਥੇ ਚਾਹੀਦੀ। ਅਗਲੀ ਗੱਲ ਆਪਾਂ ਫੇਰ ਹੀ ਕਰਾਂਗੇ। ਸੋ ਆਪਾਂ ਗੱਲਬਾਤ ਕਰ ਰਹੇ ਸੀ ਬਰਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਦੇ ਨਾਲ, ਜੋ ਕਿ ਇਸ ਪੂਰੇ ਮਾਮਲੇ ਨਾਲ ਸ਼ੁਰੂ ਤੋਂ ਜੁੜੇ ਹੋਏ ਸਨ। ਅਤੇ ਉਹਨਾਂ ਨੇ ਦੱਸਿਆ ਕਿ ਇਸ ਸਭ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਹੈ ਉਹ ਸਾਫ਼ ਤੌਰ ਦੇ ਉੱਪਰ ਨਾਕਾਮੀ ਰਹੀ ਹੈ। ਅਤੇ ਉਹਨਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਪੁਲਿਸ ਵੱਲੋਂ ਧੱਕਾ ਕੀਤਾ ਗਿਆ ਅਤੇ ਪਿੰਡ ਦੀ ਜਿਹੜੀ ਗੁਰਦੁਆਰਾ ਕਮੇਟੀ ਹੈਗੀ ਆ ਉਹ ਗੱਲ ਨਹੀਂ ਸਮਝ ਪਾ ਰਹੀ, ਅਤੇ ਗ੍ਰੰਥੀ ਸਾਹਿਬ ਦੇ ਨਾਲ ਧੱਕਾ ਹੋ ਰਿਹਾ, ਅਤੇ ਤਨਖਾਹ ਮਹਿਜ 1300 ਰੁਪਏ ਦੱਸੀ ਜਾ ਰਹੀ ਹੈ। ਇਸ ਸਾਰੇ ਮਾਮਲੇ ਨੂੰ ਲੈ ਕੇ ਜੋ ਕੁਛ ਵੀ ਕੱਲ੍ਹ ਰਾਜਪੁਰਾ ਦੇ ਵਿੱਚ ਹੋਇਆ ਉਹ ਤਸਵੀਰਾਂ ਵਾਇਰਲ ਹੋ ਰਹੀਆਂ ਸੀਗੀਆਂ, ਉਸ ਦੀ ਜਾਣਕਾਰੀ ਦਿੱਤੀ ਸਾਨੂੰ ਬਰਜਿੰਦਰ ਸਿੰਘ ਪਰਵਾਨਾ ਜੀ ਨੇ, ਦਮਦਮੀ ਟਕਸਾਲ ਜੱਥਾ ਰਾਜਪੁਰਾ ਨੇ। ਸੋ ਇਸ ਤਰ੍ਹਾਂ ਦੇਖਦੇ ਰਹੋ ਕਰੰਟ ਇਸ਼ੂ, ਤਾਂ ਦੇਖਦੇ ਰਹਿਣਾ A1 ਪੰਜਾਬੀ, ਨਿਡਰ ਨਿਰਪੱਖ ਅਤੇ ਨਵੀਂ ਸੋਚ।